ਵੇਗਾ ਮੈਂ ਅੱਬੂ ਵੇਰਾ ਆ ਗੋਚੋਕ ਅੱਬੂ ਵੇਰਾ ਆਏ ਤੇ ਫਿਰ ਵੱਡੇ ਅੱਬੂ ਆਏ ਨਾ ਜਿਨ੍ਹਾਂ ਨੂੰ ਨਾਲ ਕਾਨਾਂ ਦੀ ਜਾਂ ਛੜਕਾ ਦੇ ਕਿਸੇ ਟੜਾਸ਼ੀ ਉਹ ਆ ਗਏ ਫਿਰ ਅੱਬੂ ਅੱਬੂ ਫਿਰ ਜਾ ਕੇ ਗੋਡੇ ਨੂੰ ਹੱਥ ਲਾਏ ਚੋਰ ਸਾਹਿਬ ਤੁਹਾਡੀ ਮਿਹਰਬਾਨੀ ਹੈ ਬਚਾ ਖਿਹੜੇ ਪੈ ਗਿਆ ਤੇ ਬੱਚੇ ਨੂੰ ਨਾ ਸੀਟ ਲੈ ਦਿਓ 3 ਰੁਪਏ ਤੇਲ ਵਾਦਾ ਸੀ ਤੇ ਉਹ ਟੱਪਣ ਲੱਗ ਪੈਂਦਾ ਸ਼ੁ ਉਹ ਗਰੀਬ ਬਾਦ ਵੀ ਕਾਹ ਚੇ guzara ਕਰੇਗਾ ਬਹੁਤ ਹੋਣ ਗਰੀਬ ਆਦਮੀ ਕੀ ਮਹਿਲਾ ਜਿਹਾ ਹੁੰਦਾ ਪਿਆ ਲੰਡਨ ਮੇਂ ਕੀਆ ਪਾਕਿਸਤਾਨ ਮੇਂ ਕੀਆ ਕੋਈ ਪਲਾਪਟੀ ਨਹੀਂ ਹੈ ਬਾਅਦ ਵਿੱਚ ਮਰਬਿਆਂ ਦੇ ਹਿਸਾਬ ਨਾਲ ਸਾਰਾ ਕੁਝ ਇਹਨਾਂ ਦਾ ਨਿਕਲੇ ਆ ਇਹ ਆਂਦੇ ਖਜ਼ਾਨਾ ਖਾਲਿਸ ਇਹ ਸਿੱਖ ਖਜ਼ਾਨੇ ਚੋਂ ਲੰਗਰ ਖਾਨੇ ਚਲਾਉਂਦਾ ਹੈ ਪਿਆ ਸਾਥ ਪ੍ਰੋਗਰਾਮ ਉਹਨੇ 12 ਤੋਂ 14 ਹਜ਼ਾਰ ਕਰ ਦਿੱਤਾ ਇਹ 2000 ਰੁਪਏ ਹਕੂਮਤ ਆਪਣੇ ਪਾਸ ਸੇ ਤੁਸੀਂ ਕਿਸ ਤਰ੍ਹਾਂ ਮਾ ਕੇ ਖੁਦ ਦਾ ਫੈਸਲਾ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਦਾ ਮਰਹੂਮ ਨੇ ਮੇਨਾਂ ਤੋਂ ਤੁਹਾਡੀਆਂ ਜਾਇਦਾਦਾਂ ਉਹਨਾਂ ਦੇ ਮੁਲਕਾਂ ਦੇ ਵਿੱਚ ਨੇ ਤੁਸੀਂ ਕਿਸ ਤਰ੍ਹਾਂ ਉਹਨਾਂ ਅੱਗੇ ਆਕਰ ਸਕਦੇ ਹੋ ਅਸੀਂ ਉਹਨਾਂ ਦੇ ਗੁਲਾਮ ਤੇ ਨਹੀਂ ਹੈ ਅਕਿ ਗੁਲਾਮ ਆ ਸਾਨੂੰ ਕਿਸੇ ਖਰੀਦੇ ਆ ਮੁੱਲ ਅਗਰ ਆਈਐਮਐਫ ਸਾਨੂੰ ਪੈਸੇ ਦਿੰਦਾ ਤੇ ਉਹਦੇ ਤੇ ਸੂਦ ਲੈਂਦਾ ਬੜੇ ਲੈਟਰਾਂ ਦੇ ਰੌਲੇ ਪਾਉਂਦੇ ਹਨ ਖਾਨ ਸਾਹਿਬ ਕੱਲ ਇੱਕ ਚੌਧਰੀ ਸਾਹਿਬ ਨੇ ਲੈਟਰ ਜਿਹੜਾ ਵਹਾਇਆ ਤੇ ਉਹਦਾ ਜਿਹੜਾ ਇਹ ਅਮਲੀ ਨਮੂਨਾ ਵੀ ਨਜ਼ਰ ਆਇਆ ਕੌਮ ਨੂੰ ਅੱਛਾ ਅਮਲੀ ਨਮੂਨਾ ਨਜ਼ਰ ਆਇਆ ਤੇ ਜਿਹੜਾ ਸਾਡਾ ਖਾਤੇ ਉਹਦੇ ਚੀਫ ਜਿਵੇਂ ਹੱਥ ਲਾਉਣ ਤੋਂ ਵੀ ਡਰਦੇ ਨੇ ਸਾਰੇ ਉਹਦਾ ਕਰਨ ਨਾ ਸਾਰੇ ਫੈਸਲਾ ਠੀਕ ਹੈ ਉਸ ਉਸ ਖਾਤ ਨੂੰ ਕਿਉਂ ਡਰਦੇ ਆ ਉਹਦੇ ਪਰ ਡਰਦੇ ਡਰਦੇ ਕਿਉਂ ਨੇ ਫਿਰ ਉਹਦੇ ਤੇ ਫੈਸਲਾ ਕਰਨ ਨਾ ਬਣਾਣ ਉਹਦੇ ਤੇ ਕਮਿਸ਼ਨ ਪਤਾ ਲੱਗ ਜਾਂਦਾ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਉਹਦੇ ਦਾ ਵੀ ਕਰਨ ਨਾ ਜੀ ਇਹ ਦੇ फटाफट ਆ ਕੇ ਤੇ ਰੂਲਿੰਗ ਦੇ ਉਹਦੇ ਤੇ ਕਰੋ ਹਾਂ ਫੇਰ ਸਮਝ ਆਏਗੀ ਨਾ ਜੇ ਅਗਰ ਉਹਦੇ ਤੇ ਤੁਸੀਂ ਕਮਿਸ਼ਨ ਬਣਾਓ ਨਾ ਤੇ ਉਹਦਾ ਫੈਸਲਾ ਕਰੋ ਤੇ ਅਸੀਂ ਆ ਖਤ ਨੂੰ ਮੰਨਾਂਗੇ ਹਮਜ਼ਾਦ ਉਲਾਵਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ ਹਮਜ਼ਾ ਕੀ ਕੋ ਸਾਡੇ ਮੁਲਕ ਤੋਂ ਹਮਜ਼ਾਦ ਉਲਾਵਾ ਪੰਜਾਬ ਨੂੰ ਕੋ ਚਲਾ ਹੀ ਨਹੀਂ ਸਕਦਾ ਬਾਕੀ ਪੰਜਾਬੀ ਸਾਰੇ ਫਿਰ ਜ਼ਹਿਰ ਦੇ ਦਿਓ ਉਹਨਾਂ ਨੂੰ ਮਰ ਜਾਣੀ ਜਾਂ ਫਾਇਰ ਮਾਰ ਦਿਓ ਸਾਰਿਆਂ ਨੂੰ ਹੈ ਬਾਕੀ ਦੂਸਰੇ ਪੰਜਾਬੀ ਕੋਈ ਨਹੀਂ ਕਦੀ ਪੰਜਾਬ ਕਾਰਡ ਖੇលਦੇ ਨੇ ਕਦੀ ਜੀ ਅੱਬਾ ਉੱਤੇ ਤੇ ਪੁੱਤਰ ਥੱਲੇ ਉਹ ਪੁੱਤਰਾ ਗੋਡੇ ਮਾਰ ਗਰਾ ਮੈਂ ਬੋਲਾ ਮੈਂ ਉਹ ਜ਼ਰਦਾਰੀ ਦਾ ਤਰਲਾ ਕੀਤਾ ਆ ਕੇ ਇਹਦਾ ਕੁਛ ਕਰ ਠੀਕ ਹੈ ਰੋਪੇ ਗਿਆ ਮੈਂ ਅੱਬੂ ਵੀ ਆ ਗੋਛੂ ਕੋਲ ਅੱਬੂ ਵੀ ਆਏ ਉਹ ਫਿਰ ਵੱਡੇ ਅੱਬੂ ਆਏ ਨਾ ਜਿਨ੍ਹਾਂ ਨੂੰ ਨਾਲ ਕੰਨਾਂ ਦੀ ਜਾਂ ਛੜਕਾ ਦੀ ਕੋਈ ਚਟਾਸ਼ੀ ਉਹ ਆ ਗਏ ਫਿਰ ਅੱਬੂ ਅੱਬੂ ਫਿਰ ਜਾ ਕੇ ਗੋਡੇ ਨੂੰ ਹੱਥ ਲਾਇਆ ਚੋਰ ਸਾਹਿਬ ਤੁਹਾਡੀ ਮਿਹਰਬਾਨੀ ਹੈ ਬਚਾ ਖਿਹੜੇ ਪੈ ਗਿਆ ਤੇ ਬੱਚੇ ਨੂੰ ਨਾ ਸ਼ੀਟ ਲਾ ਦਿਓ ਤੇ ਬੱਚੇ ਨੂੰ ਸ਼ੀਟ ਫੇਰ ਵੀ ਨਹੀਂ ਲੱਪੜੀ ਆ ਹਾਂ ਤੇ ਚੋਰ ਬੰਦੂ ਅਸ ਗੱਲ ਦੀ ਸਮਝ ਨਹੀਂ ਆਂਦੀ ਹੈ ਕਿ 10 ਸੀਟਾਂ ਜਿਹੜੇ ਅਸੈਂਬਲੀ ਦੇ ਦਰਵਾਜ਼ੇ ਬੰਦ ਹੋ ਗਏ ਨੇ ਲੈਟਰ ਤੁਸੀਂ ਛਪਾਏ ਆ ਜਾਂ ਤਾਂ VOTING ਤੋਂ ਪਹਿਲਾਂ ਲੈਟਰ ਸ਼ੋਅ ਕਰੋ ਨਾ ਕਿ ਭਈ ਆਲੋ ਲੈਟਰ ਆਇਆ ਤੁਹਾਡੀ ਇਹ ਪਾਰਟੀ ਹਟਦਾ ਤੇ ਤੁਸੀਂ VOTER ਜਿਸ਼ੂ ਕੀਤਾ ਹੈ ਕਿਹੜਾ ਲੈਟਰ ਬਾਅਦ ਸਾਈਫਰ ਤੇ ਪਹਿਲਾਂ ਦਾ ਉਹ ਸਦਰ ਸਾਹਿਬ ਨੇ ਵੀ ਭੇਜਿਆ ਫਿਰ ਸਪੀਕਰ ਸਾਹਿਬ ਨੇ ਉਹ ਵੇਖੋ ਨਾ ਉਹ ਤੇ ਕਲਾਸੀਫਾਈ ਪਤਾ ਲੱਗੇ ਕਿ ਤੁਹਾਡਾ ਮੈਂ ਕਿ ਉਹ ਤੇ ਮੇਰੀ ਗੱਲ ਸੁਣੋ ਨਾ ਉਹ ਤੇ ਇੱਕ ਅਲੈਦਾ ਉਹ ਖਤ ਤੇ ਆਮ ਵਾਮ ਚ ਨਹੀਂ ਵਹਾ ਸਕਦੇ ਆ ਬਾਕੀ ਚੀਫ ਜਸਟਿਸ ਦੇ ਕੋਲ ਵੀ ਸਦਰ ਸਾਹਿਬ ਨੇ ਭੇਜਿਆ ਫਿਰ ਉਹਨਾਂ ਬਕਾਇਦਾ ਕਮਿਸ਼ਨ ਬਣਾndi مشورہ ਦਿੱਤਾ ਚੀਫ ਜਸਟਿਸ ਨਹੀਂ ਉਸ ਖਤ ਚ ਮੈਨੂੰ ਐਸ ਗੱਲ ਨੇ ਜਿਹੜਾ ਹੱਥ ਲਾਂ ਤੋਂ ਡਰਦੇ ਨੇ ਕੀ ਉਹਦੇ ਚ ਕੀ ਆਟਮ ਬੰਬੇ ਖਤ ਚ ਉਸ ਚ ਠੀਕ ਉਸ ਖਤ ਨੂੰ ਖੋਲੋ ਉਹਦੇ ਤੇ ਫੈਸਲਾ ਕਰੋ ਪਤਾ ਲੱਗੇ ਠੀਕ ਹੈ ਕਿ ਅਮ ਜਾ ਕੂਕੜੀ ਵੀ ਕੀ ਤੇ ਜ਼ਰਦਾਰੀ ਕਿਦਾ ਕਿਦਾ ਪਿੱਠੂ ਹੈ ਸਰ ਇੱਕ ਜ਼ਰਦਾਰੀ ਸਾਰਿਆਂ ਦੇ ਭਾਰੀ ਸਾਬਤ ਹੋਇਆ ਇਸ ਜ਼ਰਦਾਰੀ ਨੂੰ ਲੱਗ ਪਤਾ ਜਾਏਗਾ ਇਹ ਜ਼ਰਦਾਰੀ ਨੂੰ ਲੱਗ ਪਤਾ ਜਾਏਗਾ ਇਹਨਾਂ ਨੇ ਜਿਹੜਾ ਮਤੰਜਣ ਪਕਾਏ ਆ ਨਾ ਮੁਲਕ ਦੇ ਵਿੱਚ ਇਹਨਾਂ ਨੂੰ ਲੱਗ ਪਤਾ ਜਾਏਗਾ ਕੌਮ ਨੂੰ ਤਾਂ ਸਮਝ ਹੀ ਹੋਣੀ ਆਈ ਹੈ ਕਿ ਇਹ ਮੁਲਕ ਨਾਲ ਕਰਦੇ ਕੀ ਕੀ ਰਹੇ ਨੇ ਠੀਕ ਹੈ ਮੁਲਕ ਨੂੰ ਇਹਨਾਂ ਸੋਇਲ ਲੁੱਟਣ ਤੋਂ ਕੀਤਾ ਕੀ ਹੈ 3 ਰੁਪਏ ਤੇਲ ਵਾਦਾ ਹੀ ਤੇ ਉਹ ਟੱਪਣ ਲੱਗ ਪੈਂਦਾ ਇਸ ਗਰੀਬ ਬਾਦ ਵੀ ਕਾਹ ਚੋਂ ਗੁਜ਼ਾਰਾ ਕਰੇਗਾ ਹੁਣ ਗਰੀਬ ਆਦਮੀ ਕੀ ਮਹਿਲਾ ਜਿਹਾ ਹੁੰਦਾ ਪਿਆ ਹੁਣ ਗਰੀਬ ਆਦਮੀ ਵਿਚਾਰਾ ਇੱਕ ਟਾਂ ਦੀ ਰੋਟੀ ਤੋਂ ਮਜਬੂਰ ਹੋਇਆ ਤੁਸੀਂ ਮੈਂ ਕਿ ਤੁਸੀਂ ਆਵਾਮ ਦਾ ਨਹੀਂ ਸੋਚਣਾ ਸਿਰਫ ਆਪਣੀ ਪਈ ਸਾਡੇ ਪੈਸੇ ਵੱਜ ਜਾਣ ਠੀਕ ਹੈ ਸਾਡੀਆਂ ਕੁਰਸੀਆਂ ਤੇ ਬੱਚਿਆਂ ਦੇ ਬਸ ਬੱਚੇ ਹੀ ਹਉਣ ਇਹਨਾਂ ਦੇ ਬੱਚਿਆਂ ਤੋਂ ਇਲਾਵਾ ਹੋਰ ਕੋਈ ਬੱਚਾ ਨਹੀਂ ਹੈ ਜਿਹੜਾ ਮੈਂ ਕਿਹਾ ਵਜ਼ੀਰ ਆਲਾ ਦੀ ਕੁਰਸੀ ਤੇ ਕਿਸੇ ਦਾ ਬੱਚਾ ਨਹੀਂ ਹੈ ਪਾਕਿਸਤਾਨ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਿਹੜਾ ਮੈਂ ਕਿਹਾ ਵਜ਼ੀਰ ਆਲਾ ਦੀ ਕੁਰਸੀ ਤੇ ਜਾਂ ਵਜ਼ੀਰ ਆਜ਼ਮ ਦੀ ਬਾਈ ਹੈ ਸ਼ਿਬਾਸ਼ ਸ਼ਰੀਫ ਚਾਸੀ ਕਿਹੜੀ ਗੱਲ ਹੈ ਸਾਨੂੰ ਦੱਸ ਦਿਓ ਨਾ ਸ਼ਿਬਾਸ਼ ਸ਼ਰੀਫ ਨੇ ਕੀ ਕੋਈ ਤਿਆਰੇ ਤਿਆਰ ਕਰ ਲੈਨੇ ਇਨੀ ਦੇਰ ਦੇ ਵਿੱਚ ਪਾਕਿਸਤਾਨ ਦੇ ਤਿਆਰੇ ਵਿਕਣ ਲੱਗ ਪਏ ਨੇ ਜੀ ਪਾਕਿਸਤਾਨ ਨੂੰ ਦਿਵਾਲੀਆ ਹੁੰਦੂ ਬਚਾ ਰਿਹਾ ਕੀ ਮੁਲਕ ਦਿਵਾਲੀਆ ਹੋ ਗਿਆ ਕਿ শ্রীলੰਕਾ ਵਾਲੇ ਹਾਲਾਤ ਹੋਰ ਦਿਵਾਲੀਆ ਕੀ ਕਰਨਾ ਜੇ ਇਹਨੂੰ ਹੋਰ ਫਿਰ ਆਇਆ ਵੇਚ ਤੇ ਵੇਚਣ ਵਾਲੀ ਗੱਲ ਰਹਿ ਗਈ ਹੈ ਮਗਰ ਬਾਕੀ ਦਾ ਸਾਰਾ ਕੁਝ ਕਰ ਲਿਆ ਇਹਦੇ ਨਾਲ ਉਹ ਉਹ ਤਜਰਬੇ ਕਰ ਛੜੇ ਨੇ ਠੀਕ ਹੈ ਮੁਲਕ ਹੁਣ ਪਟ્રોલ ਵੇਖ ਲੋ ਮਹंगाई 31% ਵਧੀ 31% ਇਹਨਾਂ ਦੇ ਆ ਜਿਹੜੇ ਆਏ ਨੇ ਤਜਰਬਾਕਾਰ ਠੀਕ ਹੈ ਤਜਰਬਾਕਾਰ ਤੇ ਲੈ ਕੇ ਬਹਿ ਗਏ ਨੇ ਇਹ ਮਿੱਲਾਂ 슈ਗਰ ਮਿੱਲਾਂ ਜਿੰਨੀਆਂ ਵੀ ਨੇ ਠੀਕ ਹੈ 슈ਗਰ ਮਿੱਲਾਂ ਕਿੰਨੀਆਂ ਦੀਆਂ ਨੇ ਟੋਟਲੀ ਜ਼ਰਦਾਰੀ ਸ਼ਰੀਫ ਫੈਮਿਲੀ ਜਿਹੜੇ ਪਹਿਲਾਂ ਸੜਕਾਂ ਦੇ ਇੱਕ ਦੂਸਰੇ ਨੂੰ ਕਸੀਟਦੇ ਹਨ ਜਾਂਗੀਰ ਤਰੀਨ ਨੂੰ ਇਹ ਚੀਨੀ ਚੋਰ ਕਹਿੰਦੇ ਰਹੇ ਨੇ ਹੁਣ ਜਾਂਗੀਰ ਤਰੀਨ ਅੱਛਾ ਇਹਨਾਂ ਕੋ ਕਿਹੜਾ ਐਸਾ ਕੋਈ ਪੀਰ ਨੇ ਕਿ ਜਿਹੜਾ ਮਹੱਕੇ ਸਾ ਇਹਨਾਂ ਦੇ ਆਂਦਾ ਵਾਸ਼ਿੰਗ ਮਸ਼ੀਨ ਦੇ ਵਿੱਚ ਤੇ ਉਹ ਸਾਫ਼ ਹੋ ਹੀ ਜਾਂਦਾ ਠੀਕ ਹੈ ਮੇਰੀ ਲੰਡਨ ਤੋਂ ਕਿਆ ਮੇਰੀ ਪਾਕਿਸਤਾਨ ਤੋਂ ਕਿਆ ਲੰਡਨ ਮੈਂ ਕਿਆ ਪਾਕਿਸਤਾਨ ਮੈਂ ਕਿਆ ਕੋਈ ਪਲਾਪਟੀ ਨਹੀਂ ਹੈ ਬਾਅਦ ਵਿੱਚ ਮਰਬਿਆਂ ਦੇ ਹਿਸਾਬ ਨਾਲ ਸਾਰਾ ਕੁਝ ਇਹਨਾਂ ਦਾ ਨਿਕਲੇ ਆ ਮੈਨੂੰ ਮਾਇਸ ਗੱਲ ਦਾ ਭਾਈ ਜਾਨ ਤੁਸੀਂ ਇਹ ਜਵਾਬ ਦੇ ਦਿਓ ਜਿਨ੍ਹਾਂ ਦੇ ਜਾਂ ਜਾਇਦਾਦਾਂ ਬਾਹਰ ਨੇ ਜਿਨ੍ਹਾਂ ਦਾ ਸਭ ਕੁਝ ਬਾਹਰ ਪਿਆ ਉਹਨਾਂ ਮੁਲਕਾਂ ਵਾਸਤੇ ਸੋਚਣਾ ਕੀ ਹੈ ਮੈਨੂੰ ਦੱਸੋ ਤੁਸੀਂ ਕਿਸ ਤਰ੍ਹਾਂ ਮਾ ਕੇ ਖੁਦ ਦਾ ਫੈਸਲਾ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਦਾ ਮਰਹੂਮ ਨੇ ਮੇਨਾਂ ਤੋਂ ਤੁਹਾਡੀਆਂ ਜਾਇਦਾਦਾਂ ਉਹਨਾਂ ਦੇ ਮੁਲਕਾਂ ਦੇ ਵਿੱਚ ਨੇ ਤੁਸੀਂ ਕਿਸ ਤਰ੍ਹਾਂ ਉਹਨਾਂ ਅੱਗੇ ਆਕਰ ਸਕਦੇ ਹੋ ਅਸੀਂ ਉਹਨਾਂ ਦੇ ਗੁਲਾਮ ਤੇ ਨਹੀਂ ਹੈ ਕਿ ਗੁਲਾਮ ਆ ਸਾਨੂੰ ਕਿਸੇ ਖਰੀਦੇ ਆ ਮੁੱਲ ਅਗਰ ਆਈਆ ਮੈਂ ਸਾਨੂੰ ਪੈਸੇ ਦੇਂਦਾ ਤੇ ਉਹਦੇ ਤੇ ਸੂਤ ਲੈਂਦਾ ਕਾਨੂੰਨ ਦੇ ਮੁਤਾਬਕ ਰਾਤ ਨੂੰ ਅਦਾਲਤਾਂ ਖੋਲਣ ਵਾਲਾ ਰਵਾਜ ਅਦਾਲਤ ਨੇ ਪਾਇਆ ਹੈ ਮੇਰੀ ਗੱਲ ਸੁਣੋ ਖੁੱਲੀਆਂ ਰਾਤੀ ਤੁਹਾਡੇ ਸਾਹਮਣੇ ਕੀ ਹੋਇਆ ਰਾਤੀ ਸਮਾਤ ਹੋਣੀ ਚਾਹੀਦੀ ਸੀ ਨਾ ਫਿਰ ਉਦੋਂ ਤੇ ਫਟਾ ਉਦੋਂ ਤੇ ਆਜ਼ ਖੁਦ ਨੋਟਸ ਨਹੀਂ ਲਿਆ ਸੀ ਨਹੀਂ ਤੁਹਾਡੇ ਆਸ ਨਹੀਂ ਉਦੋਂ ਤੇ ਆਜ਼ ਰਾਤੀ ਆਜ਼ ਖੁਦ ਨੋਟਸ ਨਹੀਂ ਲਿਆ ਫਿਰ ਚਲਦੀ ਉਹ ਤੁਹਾਡੇ ਆਸ ਨਹੀਂ ਮੈਂ ਰਾਤੀ ਆਜ਼ ਖੁਦ ਨੋਟਸ ਨਹੀਂ ਲਿਆ ਫਿਰ ਲੈਂਦੇ ਨਾ ਅਗਲੇ ਦਿਨ ਸਮਾਤ ਹੋਈ ਆ ਨੋਟਸ ਨਹੀਂ ਇਧਰ ਰਿਟ ਦਾਇਰ ਕੀਤੀ ਆ ਤੇ ਫਿਰ ਸਮਾਤ ਹੋਈ ਏ ਨੋਟਸ ਤੇ ਕਿੱਥੇ ਆਜ਼ ਖੁਦ ਨੋਟਸ ਤੇ ਕਿੱਥੇ ਹੋਈ ਏ ਠੀਕ ਏ ਡੇ ਚੰਗੇ ਕਰਨ ਵਾਲੇ ਸਾਨੂੰ ਨਹੀਂ ਪਤਾ ਵਾਲਾ ਸਾਨੂੰ ਐਸ ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹਨਾਂ ਨੇ ਆ ਜਿਹੜਾ ਗੰਦੇ ਨਾਲ ਘੋਲਣਾ ਕਿਉਂਕਿ ਇਹਨਾਂ ਗੰਦ ਘੋਲਣ ਤੋਂ علاوہ ਮੁਲਕ 'ਚ ਹੋਰ ਕੀਤਾ ਕੁਛ ਨਹੀਂ ਆ ਤੇ ਕ੍ਰਪਸ਼ਨ ਦੇ ਪੈਸੇ ਹੁਣ ਜ਼ਰਦਾਰੀ 슈ਗਰ ਮਿਲਾਂ ਦੇ ਪੈਸੇ ਥੋੜਾ ਜਿਹਾ ਤੁਸੀਂ ਓਮਨੀ ਕੱਢ ਲੋ ਜੋ ਮਰਦੀ ਇੱਕ ਦੂਸਰੇ ਨੂੰ ਸੜਕਾਂ ਤੇ ਕਿਸੇ ਟੰ ਤੋਂ ਹੁਣ ਇੱਥੇ ਤੱਕ ਆ ਗਏ ਨੇ ਹੋਰ ਐਸ ਤੋਂ ਵੱਡੀਆਂ ਗੱਲ ਕਰ ਜਾਨ ਦੀ ਉਮੀਦ ਹੈ ਅੱਗੋਂ ਅੱਗੋਂ ਕਵਰ ਚ ਟੁਰ ਜਾਣ ਸਾਡੀ ਤਾਂ ਦੁਆ ਹੈ ਠੀਕ ਹੈ ਸਾਡੀ ਜਾਨ ਛੁੱਟ ਜਾ ਗੰਦ ਤੋਂ ਠੀਕ ਹੈ ਅੱਲਾਹ ਦਾਲੇ ਅਸੀਂ ਇਮਰਾਨ ਖਾਨ ਦੇ ਦੌਰ ਦੇ ਵਿੱਚ ਕੋਛ ਨਹੀਂ ਤਾਂ ਸਾਨੂੰ ਸਕੂਨ ਤੇ ਆਏ ਨਾ ਰੋਟੀ ਰਾਜ ਕੇ ਖਾਣੇ ਹਾਂ ਤੇ ਅਗਰ ਉਹ ਮਹਿੰਗਾਈ ਘਟ ਕਰ ਦਿੰਦੇ ਨੇ ਤੇ ਤੁਸੀਂ سپورਟ ਉਹਨਾਂ ਨੂੰ ਕਰੋਗੇ ਫੇਰ ਮਹਿੰਗਾਈ ਘਟ ਕਿੰਨੇ ਕਰਨੀ ਏ ਜਦੋਂ ਹੋਏਗੀ ਜਿੱਦਨ ਹੋਏਗੀ ਨਾ ਉਸ ਦਿਨ ਤੁਸੀਂ ਆ ਕੇ ਮੈਨੂੰ ਪੁੱਛ ਲਿਓ ਜੀ ਠੀਕ ਹੈ ਠੀਕ ਹੈ ਫੇਰ ਮੈਂ ਦੱਸਾਂਗਾ ਫੇਰ ਮੈਂ ਦੱਸਾਂਗਾ ਨਾ ਤੁਸੀਂ ਕਰੋਗੇ ਫੇਰ ਮੈਂ ਦੱਸਾਂਗਾ ਮੈਂ ਨਾ ਮਹਿੰਗਾਈ ਮਹਿੰਗਾਈ ਲਿਹਾਨ ਸੌ ਤੇ ਤੇਲ ਠੀਕ ਹੈ ਲਿਹਾਨ ਸੌ ਤੇ ਸਵੇਰੇ ਲਿਹਾਨ ਅਸੀਂ ਮਾਰਨੇ ਨਾਰੇ ਜੇ ਸੌ ਤੇ ਲਿਹਾਨ ਸਵੇਰੇ ਪੈਟਰੋਲ ਠੀਕ ਹੈ ਇਹ ਕਿ ਮਹਿੰਗਾਈ ਘਟ ਘੱਟ ਜਿੱਥੇ ਖਾਂ ਸਾ ਤਮਾਮ ਦਾ ਸੋਚਣਾ ਆਵਾਮ ਦਾ ਸੋਚਣਾ ਜਿਨੇ ਲੰਗਰ ਖਾਨੇ ਇਹ ਆਂਦੇ ਖਜ਼ਾਨਾ ਖਾਲੀ ਸ ਸਿੱਖ ਖਜ਼ਾਨੇ ਜੋ ਲੰਗਰ ਖਾਨੇ ਚਲਾਉਂਦਾ ਹੈ ਪਿਆ ਸਾਥ ਪ੍ਰੋਗਰਾਮ ਉਹਨੇ 12 ਤੋਂ 14 ਹਜ਼ਾਰ ਕਰ ਦਿੱਤਾ ਇਹ 2000 ਰੁਪਏ ਹਕੂਮਤ ਆਪਣੇ ਪਾਸ ਸਾਨੀਆ ਨਿਸ਼ਤਰ ਨੇ ਅਸੈਂਬਲੀ ਚ ਖਲੋ ਕੇ ਕਿਹਾ ਹੈ ਕਿ ਇਹ ਅਸੀਂ ਸਹਾਨ ਨਹੀਂ ਪੇ ਕਰਦੇ ਮੈਂ ਕਿ ਤੁਸੀਂ ਸਮਝੋ ਕਿ ਇਹ ਸਹਾਨ ਕਰਨੇ ਪੇ ਇਹ ਤੁਹਾਡੇ ਪੈਸੇ ਹਨ ਤੁਹਾਨੂੰ ਬਹਾਇਜ਼ ਤਰੀਕੇ ਨਾਲ ਹੀ ਲੁਟਾਉਣਾ ਚਾਹਨੇ ਆ ਆਸਤਾ ਆਸਮ ਮੁਲਕ ਦੇ ਹਾਲਾਤ ਆਈਟੀ ਦੇ ਉੱਤੇ ਜਿੰਨੀ ਕੋ ਮਿਹਨਤ ਕੀਤੀ ਹੈ ਆਈਟੀ ਦਾ ਆਉਣ ਵਾਲਾ ਫਿਊਚਰ ਜਿਹੜਾ ਹੈ ਨਾ ਉਹ ਉਤਾਬਨਾਕ ਹੀ ਬਿਲਕੁਲ ਮੈਂ ਕਿ ਮੁਲਕ ਪੂਰਾ ਜਾ ਰਿਹਾ ਸਟੇਬਲ ਹਾਲਤ ਚ ਸਾਨੂੰ ਸਾਨੂੰ ਪਤਾ ਲੱਗਦਾ ਪਿਆ ਸਾਡੇ ਨਾਲ ਹੋਣ ਕੀ ਡੇ ਹੈ ਸਾਡਾ ਇਹਨਾਂ ਜੋ ਹਾਲ ਘਰ ਛੜਿਆ ਅਗੋਂ ਹੁਣ ਮਜ਼ੀਦ ਇਹਨਾਂ ਨੇ ਗੰਦ ਖੋਲਿਆ ਤੇ ਮੁਲਕ ਨੇ ਮਜ਼ੀਦ ਤਜਰਬਾ ਕੀਤਾ ਤੇ শ্রীলੰਕਾ ਵਾਲੇ ਹਾਲਾਤ ਹੁਣ ਦੂਰ ਨਹੀਂ ਆ ਗਏ ਠੀਕ ਹੈ ਹੁਣ ਸਾਡੇ ਆਦਲੀਆ ਨੂੰ ਮੈਂ ਤੇ ਆਈ ਦਰਖਾਸਤ ਕਰਾਂਗਾ ਕਿ ਰੱਬ ਵਾਸਤੇ ਕਰਕੇ ਗਰੀਬਾਂ ਨੂੰ ਮਾਫੀ ਦੇ ਦੇ ਉਹਨਾਂ ਤੋਂ ਜਾਨ ਚੜਾ ਦਿਓ ਸਾਡੀ ਇਹਨਾਂ ਨੂੰ ਜਾਨ ਚੜਾ ਸਾਡੀ ਇਹਨਾਂ ਤੋਂ ਜਾਨ ਚੜਾ ਦਿਓ ਇਹਨਾਂ ਨੇ ਬੜਾ ਸਾਨੂੰ ਆ ਜਿਹੜਾ ਪੈਸੇ ਲਾ ਕੇ ਕਦੀ ਲੋਟੇ ਖਰੀਦ ਕਦੀ ਉਧਰ ਜਾ ਕਦੀ ਉਧਰ ਜਾ ਉਹ ਜਿਹੜੇ 10 ਬੰਦੇ ਨੇ ਪੂਰੀ ਪਾਰਟੀ ਦੀ ਪਾਰਟੀ ਹੈ ਉਹਨੇ ਫੈਸਲਾ ਕੀਤਾ ਤੁਸੀਂ ਪਹਿਲਾਂ ਲੈਟਰ ਜਾਂ ਤੇ ਚੌਰੀ ਸ਼ਜਾਦ ਪਹਿਲਾਂ ਉਹਨਾਂ ਨੂੰ ਜਾਰੀ ਕਰਦਾ ਉਹਨਾਂ ਤੇ ਪਤਾ ਲੱਗਦਾ ਜਾਂ ਤੁਸੀਂ VOTING ਤੋਂ ਪਹਿਲਾਂ ਦਰਵਾਜ਼ੇ ਬੰਦ ਹੋ ਗਏ ਸੀ ਜਰਦਾਰ ਸਾਹਿਬ ਹੋਰ ਕਾਹਦੀ ਮਿਹਨਤ ਕਰਦੇ ਐ ਇਸੇ ਲੈਟਰ ਆਸੀ ਕਰਦੇ ਹੁੰਦੇ ਲੈਟਰ ਆਸ ਤੇ ਫਿਰ ਸ਼ੋਅ ਕਰਦੇ ਨਾ ਸ਼ੋਅ ਕਰਦੇ ਇਹ ਸ਼ੋਅ ਬਾਅਦ ਅੱਛਾ VOTING ਹੋਣ ਤੋਂ ਬਾਅਦ ਸ਼ੋਅ ਕਰਨਾ ਹੈ ਮੇਰੀ ਤਾਂ ਸਮਝ ਨਹੀਂ ਆਉਂਦੀ ਪਈ ਕਿ ਵਜ਼ੀਰ ਆਲਾ ਖੁਦ ਆਪਣੇ ਆਪ ਨੂੰ ਕਿ ਮੈਂ ਆਪਣੇ ਆਪ ਨੂੰ ਵੋਟ ਨਹੀਂ ਦੇ ਸਕਦਾ ਜੀਬੋ ਗਰੀਬਸ ਐਸੇ ਫੈਮਿਲੀ ਸਿਸਟਮ ਮਜ਼ਬੂਤ ਸੀ ਸਾਡੇ ਮੁਲਕ ਦੇ ਵਿੱਚ ਜੇਕਰ ਨੂੰ ਫੈਸਲਾ ਕੀ ਵੰਦੇ ਹੋ ਬਾਈ ਇਹ ਕੰਮ ਨੂੰ ਫੈਸਲਾ ਅਹੀ ਤੇ ਆਨੇ ਆ ਕਿ ਹੁਣੇ ਹੀ ਹੋਣਾ ਚਾਹੀਦਾ ਫੈਸਲਾ ਮੈਂ ਤੇ ਆਨਾ ਸਵੇਰੇ ਕਰਨ ਫੈਸਲਾ ਲਾਨ ਤਵਾਰ ਨੂੰ ਹੀ ਦਾਲਤ ਠੀਕ ਹੈ ਤਵਾਰ ਨੂੰ ਹੀ ਦਾਲਤ ਲੱਗੇ ਪਤਾ ਲੱਗੇ ਨਾ ਹਮਜ਼ਾ ਸ਼ਬਾਜ਼ ਨੂੰ ਕਰ ਸੀਰਫ ਮੰਨ ਲਓਗੇ ਨਾ ਹਮਜ਼ਾ ਸ਼ਬਾਜ਼ ਨੂੰ ਹਾਂਜੀ ਹਮਜ਼ਾ ਸ਼ਬਾਜ਼ ਨੂੰ ਅਹੀ ਵਜ਼ੀਰੇ ਹਾਲਾ ਨਹੀਂ ਮੰਨਣਾ ਹੈ ਭਾਵੇਂ ਜੋ ਮਰਦੀ ਹੋਈ ਭਾਵੇਂ ਜੋ ਮਰਦੀ ਹੋਈ ਅਹੀ ਉਹਨੂੰ ਵਜ਼ੀਰੇ ਹਾਲਾ ਨਹੀਂ ਮੰਨ ਸਕਦੇ ਆ ਠੀਕ ਹੈ ਕਿਉਂਕਿ ਉਹਦੀ ਸ਼ਕਲ ਤੋਂ ਸਾਨੂੰ ਨਫ਼ਰਤ ਹੈ ਜਿਵੇਂ ਦੀ ਐਂ ਜਨ ਹਾਂਜੀ ਐਂ ਜਨ ਐਡਾ ਤਕਬਰ ਠੀਕ ਹੈ ਐਡਾ ਤਕਬਰ ਅੱਲਾਹ ਤਾਲਾ ਬੁਰੇ ਦੀ ਰੱਸੀ ਦਿਰਾਜ਼ ਕਰਦਾ ਹੈ ਪਰ ਜਦੋਂ ਖਿੱਚਦਾ ਹੈ ਨਾ ਅੱਲਾਹ ਤਾਲਾ ਸਾਡੇ ਨਾਲ ਆਮ ਦੇ ਨਾਲ ਤੇ ਇਮਰਾਨ ਖਾਨ ਦੇ ਨਾਲ ਹੈ ਹੋਰ ਸਾਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਹੈ